ਲਓ ਜੀ ਅਸੀਂ ਪਿੰਡ ਮਦਵਾੜੇ ਤੋਂ ਤੁਰੇ ਹਾਂ ਅਤੇ ਰਾਹ ਦੇ ਵਿੱਚ ਜਿਹੜੇ ਆ ਰਹੇ ਹਾਂ ਅਸੀਂ ਅੱਜ ਟੂਰਨਾਮੈਂਟ ਜਿਹੜਾ ਬੋਲਣਾ ਕਿਹੜਾ ਪਿੰਡ ਸੈਫਰਪੁਰ ਮੈਂ ਨਾਲ ਵਾਲੀਬਾਲ ਦੇ ਵਧੀਆ ਖਿਡਾਰੀ ਔਰ ਭਰਾ ਵਾ ਸਾਡਾ ਔਰ ਬਾਈ ਦੇ ਕੋਲ ਹੀ ਰਹਿੰਦੇ ਹਾਂ ਅੱਜ ਬੜਾ ਸਾਂਭਦਾ ਸਾਨੂੰ ਇਸ ਏਰੀਏ ਦੇ ਵਿੱਚ ਅਤੇ ਭਰਾ ਕੋਲ ਚੱਲ ਕੇ ਆਏ ਹਾਂ ਅਤੇ ਬਾਈ ਸਾਡਾ ਟੂਰਨਾਮੈਂਟ 'ਤੇ ਲੈ ਕੇ ਜਾ ਰਿਹਾ ਬਹੁਤ ਵਧੀਆ ਖੇਡ ਮੇਲਾ ਕਰਵਾਇਆ ਸੈਫਰਪੁਰ ਵਾਲੇ ਟੀਮਾਂ ਬਾਈ ਹਾਂ ਸਭ ਨੇ ਜ਼ਰੂਰ ਜਿਹੜਾ ਦੇਖਣਾ ਸਾਡੇ ਵਲੌਗ ਨੂੰ ਸਬਸਕ੍ਰਾਈਬ ਕਰ ਲੈਣਾ ਚਾਹੀਦਾ ਲਓ ਜੀ ਆਪਾਂ ਪ੍ਰਿੰਸ ਪਹੁੰਚ ਗਏ ਨਾ ਗਰਾਊਂਡ 'ਚ ਹਾਂ ਬਾਈ ਆ ਰਿਹਾ ਸਾਹਮਣੇ ਟੂਰਨਾਮੈਂਟ ਦਾ ਸੈਫਰਪੁਰ ਪਿੰਡ 'ਚ ਪਹੁੰਚ ਚੁੱਕੇ ਹਾਂ ਇੱਥੇ ਦਾ ਗੇਟ ਆ ਜਿਹੜਾ ਸੈਫਰਪੁਰ ਪਿੰਡ ਦਾ ਔਰ ਸਾਹਮਣੇ ਗੱਡੀਆਂ ਜਿਹੜੀਆਂ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਪਿੰਡ ਸੈਫਰਪੁਰ ਦਾ ਜਿਹੜਾ ਵਲੌਗ ਆ ਅਤੇ ਆਪਾਂ ਸ਼ੂਟ ਕਰ ਰਹੇ ਹਾਂ ਟੂਰਨਾਮੈਂਟ 'ਤੇ ਬਸ ਪਹੁੰਚਣ ਵਾਲੇ ਹਾਂ ਲੱਗ ਗਈ ਆ ਖੇਡ ਮੇਲਾ ਬਹੁਤ ਵਧੀਆ ਪ੍ਰਾਈਜ਼ ਜਿਹੜੇ ਰੱਖੇ ਆ 16,666 9,999 ਪਿੰਡ ਪੱਧਰ ਦੀਆਂ 16 ਟੀਮਾਂ ਜਿਹੜੀਆਂ ਬਾਈਆਂ ਨੇ ਰੱਖੀਆਂ ਨੇ ਔਰ ਬਹੁਤ ਵਧੀਆ ਅਰੇਂਜਮੈਂਟ ਜਿਹੜੇ ਕੀਤੇ ਹੋਏ ਆ ਭਰਾਵਾਂ ਨੇ ਅਤੇ ਤੁਹਾਨੂੰ ਦਿਖਾਉਂਦੇ ਹਾਂ ਲਓ ਜੀ ਬਹੁਤ ਵਧੀਆ ਖੇਡ ਮੇਲਾ ਜਿਹੜਾ ਵੀਰਾਂ ਨੇ ਕਰਵਾਇਆ ਬਹੁਤ ਵਧੀਆ ਲੋਕੇਸ਼ਨ ਦੇ ਉੱਤੇ ਆ ਆ ਯੂਵੀ ਜੀ ਆ ਗਏ ਰਾਣਾ ਸਾਹਿਬ ਜੀ ਕਿਵੇਂ ਲੱਗ ਰਿਹਾ ਟੂਰਨਾਮੈਂਟ ਖੇਡ ਕੇ ਹੈਂ ਹੜਤਾ ਜਾ ਚਲੋ ਕੋਈ ਨਾ ਬਾਕੀ ਵਧੀਆ ਜਿਹੜਾ ਖੇਡ ਮੇਲਾ ਕਰਾਇਆ ਬਾਈਆਂ ਨੇ ਅਤੇ ਅਸੀਂ ਇਹ ਖੇਡੀਆਂ ਵੀ ਕਰਾਂਗੇ ਯਾਦਾਂ ਜੋੜਾਂਗੇ ਟੂਰਨਾਮੈਂਟ ਦੀਆਂ ਜ਼ਰੂਰ ਲੈ ਵੀ ਪਹਿਲਾ ਮੈਚ ਹੋਇਆ ਤੁਹਾਡਾ ਕਿੱਦਾਂ ਜਿੱਤ ਗਏ ਮੈਚ ਇਹ ਮਦਵਾੜੇ ਵਾਲਾ ਭਾਈ ਯੂਵੀ ਆ ਦੁਨੀਆ ਦਵਾਨੀ ਹੈ ਇਹਦੀ ਆਉਣ ਵਾਲੇ ਟਾਈਮ ਦੇ ਵਿੱਚ ਦੋ ਤੇ ਖੇਡਿਆ ਕਰੂਗਾ ਇਹ ਨੌਜਵਾਨ ਲਓ ਜੀ ਬਹੁਤ ਵਧੀਆ ਜਿਹੜਾ ਮੈਚ ਚੱਲ ਰਹੇ ਨੇ ਬਸ ਟੀਮਾਂ ਵੀ ਆਉਣ ਵਾਲੀਆਂ ਨੇ ਪਹਿਲਾ ਮੈਚ ਦੂਜਾ ਮੈਚ ਸੌਰੀ ਸ਼ੁਰੂ ਹੋਣ ਲੱਗੇ ਮੈਨੂੰ ਲੱਗਦਾ ਕੋਈ ਖਿਡਾਰੀ ਆ ਰਿਹਾ ਵੀ ਇਸ ਏਰੀਏ ਦਾ ਰੋਕ 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 ਵੀਰੇ ਰੋਕ ਕਿੱਥੇ ਆਏ ਹੋ ਬਾਈ ਜੀ ਸੈਫਲਪੁਰ ਖੇਲਣ ਆਏ ਹੋ ਇਹ ਲਾਲੀ ਵੀਰ ਆਪਣਾ ਲਾਲੀ ਤੇਰਾ ਏਰੀਆ ਪੈ ਜਾਂਦਾ ਲਾਗੇ ਪਿੰਡ ਅੱਛਾ ਅੱਛਾ ਨਹੀਂ ਕੋਈ ਗੱਲ ਨਹੀਂ ਬਾਈ ਜ਼ਰੂਰ ਮਾਰਾਂਗੇ ਗੇੜਾ ਬਾਬਾ ਮਿਹਰ ਕਰੇ ਕਿਹੜੀ ਟੀਮ ਲਈ ਖੇਲਣਾ ਅੱਜ ਲਾਲੀ ਪਿੰਡ ਵੱਲੋਂ ਹੀ ਖੇਲਣਾ ਠੀਕ ਹੈ ਬੈਸਟ ਆਫ ਲੱਕ ਆ ਵੀਰੇ ਤੈਨੂੰ ਲਾਲੀ ਬਹੁਤ ਬਹੁਤ ਔਰ ਲਾਲੀ ਆਇਆ ਲੈ ਵੀ ਖੇਲਣ ਅੱਜ ਭਰਾ ਅੱਜ ਲਾਲੀ ਖੇਡੂ ਅਤੇ ਬੈਸਟ ਆਫ ਲੱਕ ਆ ਸਾਡੇ ਭਰਾ ਨੂੰ ਔਰ ਬਾਈ ਖੇਡਦਾ ਨਜ਼ਰ ਆਊਗਾ ਹੋਰ ਵੀ ਖਿਡਾਰੀ ਜਿਹੜੇ ਆ ਰਹੇ ਨੇ ਮੈਨੂੰ ਲੱਗਦਾ ਵੀ ਖਿਡਾਰੀਓ ਨੇ ਫਸੇ ਨੇ ਥੋੜ੍ਹੇ ਜਿਹੇ ਹਾਂ ਦਰਸ਼ਕ ਨੇ ਵੀ ਸਾਡੇ ਚਲੋ ਬਾਕੀ ਮਿਲਦੇ ਹਾਂ ਜ਼ਰੂਰ ਮੇਰਾ ਵੀਰ ਟੂਰਨਾਮੈਂਟ ਦੇ ਉੱਤੇ ਇੱਧਰ ਗਗਨ ਜੀ ਕਮੈਂਟਰੀ ਕਰ ਰਹੇ ਨੇ ਕਿਵੇਂ ਲੱਗ ਰਿਹਾ ਬਹੁਤ ਵਧੀਆ ਟੂਰਨਾਮੈਂਟ ਚੱਲ ਰਹੇ ਆ ਪ੍ਰਬੰਧ ਵੀ ਭਰਾਵਾਂ ਨੇ ਬਹੁਤ ਵਧੀਆ ਕੀਤੇ ਨੇ
पूरा वधिया खेड मेला चाह भी लगी हुई है भाई इधर पीछे देखो पीछे लो जी मैच शुरू होने लगे एक पासे टीम कोटली पिंड दी दूजे पासे मनसूरपुर बहुत शानदार मैच है जिहड़ा है दोनों टीमों के दरमियान शुरू होने जा रहा है इधर वीर खड़े साडे प्रबंधक वीर ने जंटू जी ब्लॉक दे नाल जुड़े हो को साहब जी कोई चंगा मैसेज देना होवे खिडारियों वास्ते कोई चंगा मैसेज देना होवे खिडारियों वास्ते मेहनत करो बहुत वधिया टूर्नामेंट होने लगे ते अपनी वधिया मेहनत दे नाल वधिया परफॉर्मेंस दो ताकि अग्गे जाके तुसी किसे नूं मोटीवेट करो दूजे पासे पहला क्वार्टर शुरू होने लगा जी साढ़े क छे का टाइम हो गया बहुत सही टाइम ते जिहड़ा पहला क्वार्टर शुरू होने जा रहा और सारे ने आनंद माणना जरूर लो जी मैच जिहड़ा हुण शुरू होण लग्गिया एक पासे टप्परियां पिंड दी टीम आ दूजे पासे कौल हरियाणा बहुत चंगा मैच लगण लगे थर्ड क्वार्टर फाइनल हाँ और रैफरी दे उत्ते साडा वीर प्रिंस है और वधिया मैच जिहड़ा होऊगा दोनों टीमों का और सारे वीरां ने जरूर आनंद माणना इस मैच का भी एन एंड लगू मैच का पूरा एन सरे का मैच आ मेरे नाल मैं देख रहा भी जज्जू जज्जू जी साडे टप्परी वाले जज्जू किवें दा मैच भी किद्दां दा फील हो रहा जिद्दां हरियाणे दी टीम आ सामने जिद्दां लंबे ब्लाक ने किद्दां दा तुसीं फिर भी विच दी कढोंगे बाला हैं उच्ची बोल थोड़ा जिहा जोर लावांगे भाजी पूरा जोर लावांगे बाकी जित हार परमात्मा दे हिस्से हैं ना हां खेडो मेरा भरा हैं ना बहुत वधिया मैच जिहड़ा लगण जा रहा टीमां दोनों सिरे दीआं ने ते और टॉस दे लिए इधर मैं दस दवा भी नरेंद्र वीर साढ़े कॉल तो नरेंद्र वीर टूर्नामेंट खेड के किदा लग रहा किदा लग रहा इधर माड़ी स्पीच देनी कोई गल नहीं खिडारी जिहड़ा थोड़ा जिहा बाला बना रहा और भी नरेंद्र किवें लग रहा टूर्नामेंट लो जी फाइनल मैच एक पासे पिंड मदवाड़े दी टीम आ ते दूजे पासे जिहड़ा मनसूरपुर पिंड आ सैफलपुर दा जिहड़े खेड मेले दा फाइनल शुरू होण जा रिहा और पम्मा की नहीं वाला पम्मा जी किद्दां लग्गिया टूर्नामेंट बहुत वधिया जी टूर्नामेंट बहुत वधिया बहुत वधिया खेड मेला कराया इन्हां ने सैफलपुर दा खेड मेला मदवाड़े दा फाइनल होण लग्गिया जी मनसूरपुर नाल पम्मे तैनूं किन्ना कच्चा ओ आ भाई तेरी पिंड दी टीम फाइनल खेड पूरा आ जी पूरा गोडे गोडे चाह सारीआं टीमां दा धन्नवाद ਬਹੁਤ ਬਹੁਤ ਧੰਨਵਾਦ ਪੰਮੇ ਨਾਲ ਵਧੀਆ ਲੱਗਿਆ ਮਿਲ ਕੇ ਸਾਡੇ ਭਰਾ ਨਾਲ ਔਰ ਬਹੁਤ ਬਹੁਤ ਧੰਨਵਾਦ ਵਧੀਆ ਸੱਚਾ ਸੱਚਾ ਸਭ ਤੋਂ ਜ਼ਿਆਦਾ ਮਿੰਟੂ ਬਾਈ ਦਾ ਹਾਂ ਸੱਚਾ ਗਗਨ ਦਾ ਹਾਂ ਸੱਚਾ ਸੱਚਾ ਧੰਨਵਾਦ ਹੈ ਵਾਲੀਵਾਲ ਦਾ ਬਹੁਤ ਵਧੀਆ ਮੇਲਾ ਅੱਜ ਜਿਹੜਾ ਕਰਵਾਇਆ ਹੋਇਆ ਭਰਾਵਾਂ ਨੇ ਔਰ ਫਾਈਨਲ ਸ਼ੁਰੂ ਹੋਣ ਲੱਗਿਆ ਜੀ ਸ਼ੋ ਬਲ ਹਿੱਟ ਕਰਾਉਂਦੇ ਆ ਬਸ ਮੇਲਾ ਸਮਾਪਤ ਆ ਜੀ ਸੈਫਲਪੁਰ ਦਾ
ਜਿਹੜੇ ਭਰਾਵਾਂ ਨੇ ਆਪਣਾ ਸਾਥ ਦਿੱਤਾ ਵਧੀਆ ਗੱਲਾਂ ਕੀਤੀਆਂ ਬਲੌਗ ਦੇ ਵਿੱਚ ਸਾਰੇ ਵੀ ਸਾਡੇ ਪੰਮਾ ਕੀਨੀ ਵਾਲਾ ਪੰਮਾ ਕੀਨੀ ਵਾਲਾ ਹਾਂ ਇੱਧਰ ਬਾਈ ਸਾਡਾ ਬਹੁਤ ਵਧੀਆ ਲਿਖਾਰੀ ਹੈ ਐਮ ਪੀ ਸਾਗੀ ਸਾਡਾ ਵੀਰ ਆਏ ਹਾਏ 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 ਮਨਸੂਰਪੁਰ ਦੀ ਅੱਜ ਦੇ ਟੂਰਨਾਮੈਂਟ ਦੇ ਉੱਪਰ ਵੱਲੋਂ ਜਿਹੜਾ ਸਨਮਾਨ ਕੀਤਾ ਜਾਣਾ ਵੀਰਪਾਲ ਉਹ ਕਹਿੰਦੇ ਸ਼ਹੀਦ ਊਧਮ ਸਿੰਘ ਜੀ ਸਪੋਰਟ ਕਲੱਬ ਦੇ ਵੱਲੋਂ ਕਹਿੰਦੇ ਵੱਡੇ ਪੱਧਰ ਤੇ ਮੇਰੇ ਪੰਜਾਬੀ ਵੀਰੋ ਕੀਤਾ ਜਾ ਰਿਹਾ ਇੱਧਰ ਮਲਵਾੜੇ ਦੀ ਟੀਮ ਸੈਕੰਡਰੀ ਆ ਉਹਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਜੈ ਵੀ ਮੁਬਾਰਕਾਂ ਤੈਨੂੰ ਨੌਜਵਾਨਾ ਮੁਬਾਰਕਾਂ ਵੀਰਪਾਲ ਦਾ ਕਹਿੰਦੇ ਸਨਮਾਨ ਕਿੱਥੇ ਹੋਈ ਨਿੰਦਾ ਪੰਜ ਫੋਟੋ ਖਿੱਚਣੀ ਆ ਹੰਕਾਰ ਸਿੰਘ ਦੀ ਗਿਫਟੀ ਕੋਚ ਵਰਗੇ ਦੀ ਮੁਬਾਰਕਾਂ ਤੈਨੂੰ ਗੁਰਦੀਪਕ ਵਰਗੇ ਸਾਡੇ ਵੀਰ ਸ਼ਬਦਾਂ ਦਾ ਜਾਦੂ ਹੈ ਲਿਖੇ ਹੋਏ ਬੋਲ ਨੇ ਗਗਨ ਖੜਾ ਖੜੇ ਦੋਵੇਂ ਕੋਲ ਕੋਲ ਨੇ